ਰਹੇ ਹਾਂ। ਵਾਰ ਵਾਰ ਜਿਹੜਾ ਉਹ ਦੱਸਿਆ ਜਾਂਦਾ ਵੀ ਇੰਟਰਨੈਟ ਫਰੋਡਸ ਆ ਜਿਹੜੇ ਉਹ ਕਿਵੇਂ ਹੁੰਦੇ ਆ, ਉਹਦੀ ਐਗਜ਼ਾਮਪਲ ਤੁਹਾਡੇ ਕੋਲ ਇਹ ਆਦਮੀ ਅਤੇ ਇਹਦੇ 'ਚੋਂ ਦੋ ਗਰਲਸ ਅਤੇ ਟੋਟਲ ਜਿਹੜੇ ਹੈਗੇ ਆ 29 ਜਾਣੇ ਆ ਜਿਹੜੇ ਇਹ ਸਾਡੇ ਕੋਲ ਅੱਜ ਇਸ ਟਾਈਮ ਬੈਠੇ ਆ। ਬੇਟਾ ਫੇਸ ਤਾਂ ਕਰੋ, ਰੇਜ਼ ਯੂਅਰ ਹੈਡਸ, ਰੇਜ਼ ਯੂਅਰ ਹੈਡਸ, ਰੇਜ਼ ਯੂਅਰ ਹੈਡ। ਇਹਦੇ ਵਿੱਚ ਇਹਨੂੰ ਜਿਹੜੇ ਇਹਨਾਂ ਦੇ ਵਿੱਚੋਂ ਜਿਹੜੇ 11 ਮਹਿਗਿਆਲਿਆਂ ਦੇ ਆ, 7 ਗੁਜਰਾਤ ਦੇ ਆ, 3 ਨਾਗਾਲੈਂਡ ਦੇ ਆ, 1 ਹਿਮਾਚਲ ਪ੍ਰਦੇਸ਼ ਦਾ, 3 ਉੱਤਰ ਪ੍ਰਦੇਸ਼ ਦੇ ਆ, 1 ਦਿੱਲੀ ਦਾ, 4 ਪੰਜਾਬ ਦੇ ਆ, ਪੰਜਾਬ ਦੇ ਵਿੱਚੋਂ 3 ਲੁਧਿਆਣੇ ਦੇ ਆ ਤੇ 1 ਗੁਰਦਾਸਪੁਰ ਦਾ। ਯੂਨਿਟੀ ਐਂਡ ਡਾਇਵਰਸਿਟੀ ਇਹਦੇ ਚੋਂ ਪੈਨ ਉਹਦੇ ਚੋਂ ਉਹ ਹੈ, ਬੇਸਿਕ ਇਹਦਾ ਮਾਡਲ ਸੁਪਰੈਂਡੀ ਆ। ਇਹਨਾਂ ਦੇ ਜਿਹੜੇ ਜਿੰਨੇ ਵਿਕਟਮ ਸੀਗੇ ਉਹ US ਸਿਟੀਜ਼ਨ ਹੈ। ਇਹਦੇ ਵਿੱਚੋਂ ਇਹ ਆਪਦੇ ਆਪ ਨੂੰ ਇੱਕ ਕੰਪਿਊਟਰ ਦੇ ਵਿੱਚ ਮੈਸੇਜ ਆਉਂਦਾ, ਜਿਹੜਾ ਪੌਪ ਇਨ ਮੈਸੇਜ ਆਉਂਦਾ ਉਹਨੂੰ ਇੱਕ ਕੰਪਿਊਟਰ ਦੇ ਵਿੱਚ ਪੌਪ ਇਨ ਮੈਸੇਜ ਜਾਂਦਾ, ਉਹਨੂੰ ਜਿਹੜਾ ਯੂਜ਼ਰ ਕੰਪਿਊਟਰ ਯੂਜ਼ਰ ਆ ਉਹਨੂੰ ਲਿਓਰ ਕਰ ਲਿਆ ਜਾਂਦਾ ਕਿ ਤੇਰਾ ਜਿਹੜਾ ਕੰਪਿਊਟਰ ਹੈ ਸਿਸਟਮ ਹੈ ਅਬਾਊਟ ਟੂ ਹੈਕ ਹੈ ਜਾਂ ਇਸ ਕੰਪਰੋਮਾਈਜ਼ਡ ਆ ਜਾਂ ਹੈਕ ਹੋ ਗਿਆ। ਉਹਦੇ ਵਿੱਚ ਮੈਸੇਜ ਜਾਣ ਤੋਂ ਬਾਅਦ ਫਿਰ ਉਹਨੂੰ ਜਿਹੜੀ ਆ ਇੱਕ ਕਾਲ ਜਾਂਦੀ ਆ ਨਾਲ ਨਾਲ ਤੁਹਾਡੀ ਜਿਹੜੀ ਆਹ ਸਿਸਟਮ ਹੈਕ ਹੋ ਗਿਆ, ਤੁਹਾਨੂੰ ਇਹ ਮੈਸੇਜ ਆਉਣਾ, ਜਿਹੜਾ ਆਹ ਮੈਸੇਜ ਆ ਰਿਹਾ। ਫਿਰ ਉਹ ਕਹਿੰਦੇ ਆ ਵੀ ਹਾਂ ਸਾਨੂੰ ਜਿਹੜਾ ਉਹਦੇ ਵਿੱਚੋਂ ਇਹਨਾਂ ਦਾ ਇੱਕ ਸਕ੍ਰਿਪਟ ਬਣੀ ਹੋਈ ਆ, ਜਿਹੜੀ ਸਾਡੇ ਕੋਲ ਪ੍ਰੋਪਰ ਡਾਕੂਮੈਂਟ ਜਿਹੜੇ ਇਹਨਾਂ ਤੋਂ ਰਿਕਵਰ ਹੋਏ ਆ ਇਹ ਸਕ੍ਰਿਪਟ ਹੈ। ਇਹਨਾਂ ਨੂੰ ਦੱਸਿਆ ਗਿਆ ਜਿਵੇਂ ਉਹਨੂੰ ਕਹਿ ਲਓ ਜਿਵੇਂ ਥੈਂਕ ਯੂ ਫੋਰ ਕਾਲਿੰਗ ਕਸਟਮਰ ਸਪੋਰਟ ਸਰਵਿਸ, ਫਿਰ ਮਾਈ ਨੇਮ ਇਜ਼ ਐਮੀ, ਹਾਉ ਕੈਨ ਆਈ ਹੈਲਪ ਯੂ ਟੂਡੇ। ਮਤਲਬ ਇਵੇਂ ਇਹਨਾਂ ਨੂੰ ਇੱਕ ਪ੍ਰੋਪਰਲੀ ਉਹ ਦਿੱਤਾ ਹੋਇਆ ਜਿਹਦੇ ਢੰਗ ਦੇ ਨਾਲ ਇਹ ਅੱਗੇ ਕਾਲ ਕਰਦੇ। ਫਿਰ ਕਾਲ ਕਰਨ ਤੋਂ ਬਾਅਦ ਉਹਨੂੰ ਉਹਦੇ ਸਿਸਟਮ ਦੇ ਵਿੱਚ ਉਹਨੂੰ ਇੱਕ ਡਾਊਨਲੋਡ ਕਰਾਇਆ ਜਾਂਦਾ ਵੀ ਤੁਹਾਡਾ ਸਿਸਟਮ ਕੰਪਰੋਮਾਈਜ਼ ਹੋ ਗਿਆ, ਤੁਹਾਨੂੰ ਫਿਰ ਸਾਈਕੋਲੋਜੀਕਲ ਉਹਨੂੰ ਟ੍ਰੀਟ ਕੀਤਾ ਜਾਂਦਾ ਇਸ ਢੰਗ ਦੇ ਨਾਲ ਕਿ ਤੁਸੀਂ ਕੋਈ ਫੋਰਨ ਜਿਹੜਾ ਸਿਸਟਮ ਦੇਖ ਰਹੇ ਸੀ, ਗਲਤ ਸਾਈਟਸ ਦੇਖ ਰਹੇ ਸੀ ਅਤੇ ਤੁਹਾਡਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਵੀ ਉਹਨੂੰ ਕੰਪਰੋਮਾਈਜ਼ ਹੋ ਗਿਆ। ਕੁਛ ਉਹਦੇ 'ਤੇ ਡਰ ਵੀ ਪੈਦਾ ਕਰ ਦਿੱਤਾ ਜਾਂਦਾ ਵੀ ਤੁਹਾਡਾ ਸਿਸਟਮ ਦਾ ਪੈਰਲਰ ਕਿਸੇ ਨਾਲ ਹੋਇਆ। ਫਿਰ ਇੱਕ ਲਿੰਕ ਭੇਜਿਆ ਜਾਂਦਾ ਜਿਹੜਾ ਹੈਗਾ ultraviewer.net, www.ultraviewer.net। ਉਹ ਲਿੰਕ ਭੇਜ ਕੇ ਉਹਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਲਿੰਕ ਖੋਲੋ। ਲਿੰਕ ਖੋਲ ਕੇ ਫਿਰ ਉਹ ਜਦੋਂ ਲਿੰਕ ਖੋਲਦਾ ਤਾਂ ਉਹਦੇ ਕੰਪਿਊਟਰ ਦੇ ਵਿੱਚ ਉਹ ਸਿਸਟਮ ਕੰਪਰੋਮਾਈਜ਼ ਹੋ ਜਾਂਦਾ, ਉਹਦਾ ਕੰਪਿਊਟਰ ਦਾ ਕੰਟਰੋਲ ਹੀ ਲੈ ਲੈਂਦੇ ਆ। ਕੰਪਿਊਟਰ ਦਾ ਕੰਟਰੋਲ ਲੈਣ ਤੋਂ ਬਾਅਦ ਉਹਦੇ ਵਿੱਚ ਉਹਨੂੰ ਉਹਦੀ ਸਕਰੀਨ 'ਤੇ ਵੱਖ ਵੱਖ ਡਾਟਾ ਫਲੈਸ਼ ਹੋਣ ਲੱਗ ਜਾਂਦਾ
ਇਹਨਾਂ ਨੂੰ ਪਤਾ ਹੁੰਦਾ, ਉਹਨੂੰ ਪੁੱਛੀ ਜਾਂਦੇ ਤੇਰੀ ਸਕਰੀਨ ਤੇ ਇਹ ਆ ਰਿਹਾ ਇਹ ਆ ਰਿਹਾ, ਤੇ ਉਹ ਜਿਹੜਾ ਵਿਕਟਮ ਹੈ ਇਨੋਸੈਂਟਲੀ ਇਹਦੇ ਟ੍ਰੈਪ ਦੇ ਵਿੱਚ ਆ ਕੇ ਉਹ ਉਹਨੂੰ ਉਸ ਗੱਲ ਦੇ ਵਿੱਚ ਉਹ ਫੌਲ ਹੋ ਜਾਂਦਾ ਤੇ ਫਿਰ ਉਹਨੂੰ ਉਹ ਕਹਿੰਦੇ ਆ ਵੀ ਤੁਹਾਡੀ ਜਿਹੜੀ ਕਾਲ ਹੈ ਜਿਹੜਾ ਤੁਹਾਡਾ ਸਿਸਟਮ ਬਾਰੇ ਰੂਟਿੰਗ ਹੈ ਜਿਹੜੀ ਉਹ ਅਸੀਂ ਜਿਹੜੇ ਫੈਡਰਲ ਟ੍ਰੇਡ ਕਮਿਸ਼ਨ ਹੈ ਉਹਨੂੰ ਅਸੀਂ ਰਿਪੋਰਟ ਕਰਦੇ ਹਾਂ, ਤੁਹਾਨੂੰ ਉੱਥੋਂ ਕਾਲ ਆਊਗੀ ਜਿਹੜਾ ਤੁਹਾਡਾ ਉਹਦੇ 'ਚ ਹੈ ਉਹਦੇ 'ਚ। ਉਹ ਕਹਿੰਦੇ ਨਾਲ ਇਹ ਕਹਿੰਦੇ ਆ ਵੀ ਤੁਸੀਂ ਸਾਨੂੰ ਵੀ ਕੋਈ ਪਾਸਵਰਡ ਨਹੀਂ ਦੱਸਣਾ, ਕੁਛ ਨਹੀਂ ਦੱਸਣਾ, ਉਹਨੂੰ ਆਪਦਾ ਅਤਬਾਰ ਉਹਦੇ ਉਹਦੇ ਵਿੱਚ ਉਹਦਾ ਲੈਵਲ ਆਫ ਟਰੱਸਟ ਹੈ ਉਹਨੂੰ ਕ੍ਰੀਏਟ ਕਰੀ ਜਾਂਦੇ ਆ, ਬੰਦਾ ਉਸ ਗੱਲ 'ਤੇ ਹੋ ਜਾਂਦਾ ਵੀ ਉਹਨੂੰ ਫਿਰ ਇੱਕ ਉਹਨੂੰ ਜਿਹੜਾ ਇਹਦੇ 'ਚ ਹੈਗਾ ਉਹਨੂੰ ਜਿਹੜਾ ਫੈਡਰਲ ਕਾਲ ਜਿਹੜੀ ਆ ਉਹਦੇ ਫੈਡਰਲ ਟ੍ਰੇਡ ਕਮਿਸ਼ਨ ਆ ਉੱਥੋਂ ਕਾਲ ਆ ਜਾਂਦੀ ਹੈ ਵੀ ਤੁਹਾਡਾ ਉਹਦੇ 'ਚੋਂ ਤੁਹਾਡਾ ਜਿਹੜਾ ਸਿਸਟਮ ਹੈਕ ਹੋਇਆ, ਤੁਹਾਡੇ ਵਿੱਚ ਇਹ ਕੁਛ ਹੈਗਾ, ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਫਿਰ ਸੁਜੈਸਟਿਵ ਮਈਅਰ ਹੁੰਦਾ ਉਹਦੇ ਵਿੱਚ ਵੀ ਇਹ ਕਿਸੇ ਗੱਲ ਨਾਲ ਸ਼ੇਅਰ ਨਾ ਕਰੋ, ਈਵਨ ਤੁਹਾਡੇ ਬੈਂਕਰਸ ਆ ਜਿਹੜੇ ਉਹ ਇਨਵੋਲਵ ਹੋ ਸਕਦੇ, ਜਿਹੜੇ ਕੰਪਿਊਟਰ ਤੋਂ ਇਨਫੋਰਮੇਸ਼ਨ ਮਿਲਣੀ ਉਹ ਇਨਫੋਰਮੇਸ਼ਨ ਆ ਗਈ ਉਹਨੂੰ ਦੱਸਿਆ ਜਾਂਦਾ ਵੀ ਤੁਹਾਡੇ ਬੈਂਕਰਸ ਇਨਵੋਲਵ ਹੁੰਦੇ ਆ, ਜਾ ਕੇ ਬੈਂਕ ਵਾਲੇ ਨਾਲ ਕੋਈ ਗੱਲ ਡਿਸਕਲੋਜ਼ ਨਹੀਂ ਕਰਨੀ, ਕੁਛ ਨਹੀਂ ਕਰਨਾ, ਕਿਉਂਕਿ ਹੋ ਸਕਦਾ ਤੁਹਾਡੇ ਬਾਰੇ ਇਨਫੋਰਮੇਸ਼ਨ ਹੀ ਉਹ ਦੇ ਰਹੇ ਆ। ਉਹਦੇ ਸਸਪੀਸ਼ਨ ਰੇਜ਼ ਕਰਕੇ ਉਹਨਾਂ ਨੂੰ ਕਹਿੰਦੇ ਕੈਸ਼ ਵਿਦਡਰਾ ਕਰੋ ਆਪਦਾ, ਕੈਸ਼ ਵਿਦਡਰਾ ਕਰਕੇ ਫਿਰ ਇਹਨਾਂ ਨੂੰ ਦੋ ਜਿਹੜੇ ਆਫਸ਼ਲ ਗਵਰਨਮੈਂਟ ਉੱਥੇ ਹੈਗੇ ਟਾਰਗੇਟ ਐਂਡ ਵਾਲਮਾਰਟ US ਦੇ ਵਿੱਚ ਉਹਦੇ ਵਿੱਚੋਂ ਉਹਨਾਂ ਨੂੰ ਕਹਿੰਦੇ ਗਿਫਟ ਵਾਊਚਰਸ ਉਹਦੇ ਲੈ ਲਓ ਟਾਰਗੇਟ ਐਂਡ ਵਾਲਮਾਰਟ ਦੇ, ਉਹਨਾਂ ਨੂੰ ਇਹ ਅਖਬਾਰ ਦਵਾਉਂਦੇ ਆ ਕਿਸੇ ਪ੍ਰਾਈਵੇਟ ਕੋਲ ਨਾ ਚਲੇ ਜਾਵੇ, ਜਿਹੜੇ ਗਵਰਨਮੈਂਟ ਰੈਕੋਗਨਾਈਜ਼ਡ ਹੈ ਉਹਨਾਂ ਕੋਲ ਚਲੇ ਜਾਏ, ਜਿਹੜਾ ਸੁਣਨ ਵਾਲੇ ਬੰਦੇ ਨੂੰ ਇਹ ਲੱਗਦਾ ਵੀ ਵਾਕਈ ਗਵਰਨਮੈਂਟ ਰੈਕੋਗਨਾਈਜ਼ਡ ਹੈ, ਵਾਲਮਾਰਟ ਬਾਰੇ ਕਹਿ ਰਹੇ ਆ, ਟਾਰਗੇਟ ਬਾਰੇ ਕਹਿ ਰਹੇ ਆ, ਗਿਫਟ ਵਾਊਚਰ ਲੈ ਲਏ ਉਹ $5,500 ਦੇ, ਜਿਹੜੇ ਗਿਫਟ ਵਾਊਚਰ ਹੈ ਕਿਸੇ ਨੇ ਦੋ ਲੈ ਲਏ, ਕਿਸੇ ਨੇ ਇੱਕ ਲੈ ਲਿਆ, ਹੋਰ ਲੈ ਲਿਆ, ਜਸਟ ਉਹਨੂੰ ਉਹ ਗਿਫਟ ਵਾਊਚਰ ਦੇ ਕਰਦੇ ਕਰਦੇ ਆ ਅਲਟੀਮੇਟਲੀ ਉਹਦਾ ਜਿਹੜਾ ਉਹ ਲੈ ਲੈਂਦੇ ਆ, ਨੰਬਰ ਲੈ ਲੈਂਦੇ ਆ ਗਿਫਟ ਉਹਦਾ ਕੋਡ ਅਤੇ ਉਹਦਾ ਵਾਊਚਰ ਦਾ ਨੰਬਰ ਲੈ ਕੇ ਉਹ ਉੱਥੇ, ਕਿਉਂਕਿ ਉਹ ਜਿਹੜੇ ਹੈਗੇ ਆ ਵਾਲਮਾਰਟ ਅਤੇ ਟਾਰਗੇਟ ਦਾ ਜਿਹੜਾ ਇੱਥੇ ਕੈਸ਼ ਨਹੀਂ ਹੋ ਸਕਦਾ, ਉਹਨੂੰ ਉਸੇ ਕੰਟਰੀ ਦੇ ਵਿੱਚ US ਦੇ ਵਿੱਚ ਹੋ ਰਿਹਾ, ਇੱਕ ਇਹਨਾਂ ਦਾ ਮੋਡਿਊਲ ਉੱਥੇ ਹੈ, ਉਹਨਾਂ ਨੂੰ ਉੱਥੇ ਕਨਵੇ ਕਰ ਦਿੰਦੇ ਆ, ਤਾਂ ਉੱਥੇ ਉਸ ਲੈਵਲ 'ਤੇ ਉਹ ਉਹਨੂੰ ਕੈਸ਼ਨ ਕਰਾ ਲੈਂਦੇ। ਕੈਸ਼ਨ ਕਰਾਉਣ ਤੋਂ ਬਾਅਦ ਜਿਹੜੀ ਉਹਦੇ ਵਿੱਚੋਂ ਫਿਰ ਇਹਨਾਂ ਦਾ ਚੱਲਦਾ ਨੈਕਸਟ ਡੀਲ ਵੀ ਹਵਾਲਾ ਦੇ ਨਾਲ ਕਿਹਨੂੰ ਕਿੰਨਾ ਪੈਸਾ ਮਿਲਣਾ, ਇਹ ਲੋਅਰ ਲੈਵਲ 'ਤੇ ਹੈ ਇਹਨਾਂ ਦਾ, ਇਹਨਾਂ ਦੀ ਹਰਾਰਕੀ ਹੈ, ਇਹਨਾਂ ਦਾ ਬੋਸਿਸ ਹੋਰ ਕਿਤੇ ਬੈਠੇ ਆ, ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਮੇਘਾਲਿਆ ਸਟੇਟ ਦੇ ਵਿੱਚੋਂ ਜਾਂ ਹੋਰ ਆ ਉਹਨਾਂ ਨੂੰ ਕਿਸੇ ਨੂੰ ਕੰਪਿਊਟਰ 'ਤੇ ਕੰਮ ਕਰਦੇ ਆ 2000 ਦੀ ਪੇ ਮਿਲਦੀ, ਇਹਨਾਂ ਨੂੰ ਅਨੀਸ਼ਲ ਦੇ ਵਿੱਚ ਕਿਹਾ ਗਿਆ ਵੀ ਤੁਹਾਨੂੰ ਕਾਲ ਸੈਂਟਰ 'ਤੇ ਜੋਬ ਮਿਲੂਗੀ। ਪਰ ਇੱਥੋਂ ਆਉਣ ਤੋਂ ਬਾਅਦ ਮਜੋਰਟੀ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਇਹ ਦਿਸ ਇਜ਼ ਫਰੋਡ, ਇਹਨਾਂ ਨੂੰ 20-25,000 ਤੱਕ ਇਹਨਾਂ ਦੀ ਪੇ ਦਿੱਤੀ ਜਾਂਦੀ ਸੀ। ਇਹਨਾਂ ਦਾ ਜਿਹੜਾ ਏਜ ਗਰੁੱਪ ਹੈ ਬੇਸਿਕਲੀ ਅਸੀਂ ਇਹਦਾ 19-25 ਇਹਨਾਂ ਦਾ ਸਾਰਿਆਂ ਦਾ ਏਜ ਗਰੁੱਪ ਹੈ, ਜਿਹੜੇ ਯੰਗ ਇਹਨਾਂ ਦੇ ਵਿੱਚੋਂ ਬੱਚੇ ਹੈ। ਇਹ ਇਹਨਾਂ ਦੇ ਅਨੀਸ਼ਲ ਜਦੋਂ ਇਹਨਾਂ ਨੂੰ ਪਤਾ ਲੱਗਣ ਦੇ ਬਾਵਜੂਦ ਲਾਸਟ ਇਹਨਾਂ ਦੀ ਪੇ ਮਈ ਤੱਕ ਜਿਹੜੀ ਹੈ ਇਹਦੀ ਇਹਨਾਂ ਨੇ ਸ਼ੁਰੂ ਕੀਤਾ, ਪਹਿਲਾਂ ਕਿਤੇ ਹੋਰ ਕਰ ਰਹੇ ਸੀਗੇ, ਹੁਣ ਇਸ ਜਿਹੜੇ ਸੈਟਅਪ ਦੇ ਵਿੱਚ ਪਿਛਲੇ 1.5 ਮਹੀਨੇ ਤੋਂ ਇਹਨਾਂ ਨੇ ਸ਼ੁਰੂ ਕੀਤਾ, ਅਤੇ ਇਹਦੇ ਵਿੱਚ ਜਿਹੜੀ ਲਗਭਗ $500 ਵਾਲੇ ਇੱਕ ਦਿਨ ਦੇ ਵਿੱਚ 20 ਕਸਟਮਰ
ਜਿਹੜੇ ਉਹਨੂੰ ਲਗਭਗ $10,000 ਇੱਕ ਦਿਨ ਦਾ ਇਹਨੂੰ ਬਣਾ ਲੈਂਦੇ ਸੀ। ਇਹਨਾਂ ਦਾ ਜਿਹੜਾ ਮੈਨੇਜਰ ਹੈ ਇਹ ਇਹਨਾਂ ਦਾ ਇੱਕ ਮੈਨੇਜਰ ਹੈ ਅਤੇ ਉਹਦੇ ਮੈਨੇਜਰ ਦੇ ਥੱਲੇ ਕੰਮ ਕਰਨ ਵਾਲੇ ਬੰਦੇ ਹੈ ਅਤੇ ਉਹਦੇ ਵਿੱਚੋਂ ਇਹਨਾਂ ਨੂੰ ਆਪਦੇ ਇਹਨਾਂ ਦੇ ਵਿੱਚੋਂ ਹੀ ਕੁਛ ਲੜਕੀਆਂ ਬੈਠੀਆਂ ਅਤੇ ਕੁਛ ਉਹ ਬੈਠੇ ਕਾਲਜ ਨੂੰ ਕਿਵੇਂ ਰਿਪਲਾਈ ਕਰਨਾ। ਜਿਹੜਾ ਸਿਸਟਮ ਬੰਬਾਰਡ ਕੀਤਾ ਜਾਂਦਾ ਉਹ ਤੋਂ ਜਿਹੜੀ ਮੈਸੇਜ ਭੇਜੇ ਜਾਂਦੇ ਆ ਉਹ ਇੱਕ ਹੋਰ ਟੀਮ ਹੈ ਜਿਹੜੀ ਇਹਨਾਂ ਦੀ ਹਰਾਰਕੀ ਦੇ ਵਿੱਚ ਹਰ ਟੀਮ ਹੈ। ਮੇ ਬੀ ਉਹ ਅਜੇ ਅਸੀਂ ਵੀ ਆਰ ਵਰਕਿੰਗ ਔਨ ਇਟ, ਅਸੀਂ ਕਾਊਂਟਰ ਪਾਰਟਸ ਨੂੰ ਦੱਸਾਂਗੇ ਉਹਦੇ ਵਿੱਚ, ਮਤਲਬ ਨੋਟ ਇਨ ਪੰਜਾਬ, ਅਤੇ ਉਹਦੇ ਵਿੱਚ ਜਿਹੜੀ ਉਹ ਟੀਮ ਦਾ ਹਜੇ ਕਿੰਨਾ ਇਹਨਾਂ ਨੂੰ ਇਨਫੋਰਮੇਸ਼ਨ ਪਤਾ ਕਿਉਂਕਿ ਹਰ ਟੀਮ ਦੇ ਵਿੱਚ ਇਹਨਾਂ ਨੇ ਇੱਕ ਉਹ ਬਲੈਕ ਸਪੋਟਸ ਜੇ ਰੱਖੇ ਹੁੰਦੇ ਆ ਵੀ ਉਹ ਤੋਂ ਬਾਅਦ ਅੱਗੇ ਨਾ ਪਤਾ ਲੱਗ ਸਕੇ ਜੇ ਫੜੇ ਜਾਈਏ ਤਾਂ। ਅਤੇ ਉਹਦੇ ਵਿੱਚੋਂ ਉਹ ਟੀਮ ਦੇ ਬਾਰੇ ਇਹਨਾਂ ਦੀ ਹਰ ਟੀਮ ਦੇ ਬਾਰੇ ਵੀ ਆਰ ਵਰਕਿੰਗ ਔਨ ਦੈਟ, ਉੱਥੋਂ ਉਹਨਾਂ ਨੂੰ ਇਨਫੋਰਮ ਕਰਕੇ ਹੋਪਿੰਗ ਇਹਨਾਂ ਦੀ ਮਾਡਲ ਸਪਰੈਂਡੀ ਹੈ। ਪਹਿਲਾਂ ਤੁਸੀਂ ਦੇਖਿਆ ਹੋਣਾ ਦਿਸ ਇਜ਼ ਅ ਸੈਕਿੰਡ ਟਾਈਮ ਸਾਡੀ ਟੀਮ ਨੇ ਕੰਮ ਕੀਤਾ ਇਹਦੇ ਵਿੱਚ। ਉਹਨੂੰ ਪਹਿਲਾ ਸੈਂਟਰ ਸੀ ਉਹ ਜਸੂਪ ਨੇ ਉਹਦੇ ਵਿੱਚ ਕੰਮ ਕੀਤਾ ਸੀ ਪ੍ਰੋਪਰਲੀ ਐਂਡ ਬੜੀ ਮਿਹਨਤ ਨਾਲ ਕੀਤਾ ਸੀ ਉਹਦੇ ਵਿੱਚੋਂ। ਐਂਡ ਸੈਕਿੰਡ ਸੈਂਟਰ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਇਸ 'ਤੇ ਕੰਮ ਹੋ ਰਿਹਾ ਸੀ। ਉਹਨੂੰ ਬਿਟ ਬਾਏ ਬਿਟ ਅਸੀਂ ਉਹਦੀ ਇਨਫੋਰਮੇਸ਼ਨ ਇਕੱਠੀ ਕਰਦੇ ਸੀ, ਫਿਰ ਡਿਸਕਸ ਕਰ ਹੋ ਰਿਹਾ ਸੀ ਕਿਵੇਂ ਉਹਨੂੰ ਕਰਨਾ। ਡਿਵੀਜ਼ਨ ਨੰਬਰ 8 ਦੇ ਵਿੱਚ ਹੋਇਆ ਐਂਡ ਇਹਦੇ ਵਿੱਚੋਂ ਟੈਕਨੀਕਲ ਨੌਲੇਜ ਦੇ ਵਿੱਚ ਸ਼ੁਭਮ ਸੋਮਿਆ ਇਹਨੂੰ ਅੱਗੇ ਸੁਪਰਵਾਈਜ਼ ਕਰਦਿਆਂ ਇਹਨਾਂ ਨੂੰ ਇਸ ਗੈਂਗ ਦੇ ਵਿੱਚ ਅਸੀਂ ਉਹਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ। ਇਹਦੇ 'ਚ ਮੈਨੂੰ ਲੱਗਦਾ ਇਹ ਆ ਵੀ ਜਿਹੜੇ ਇਨੋਸੈਂਟ ਗਲੋਬਲ ਸਿਟੀਜਨ ਹੈ, ਲੁਧਿਆਣਾ ਪੁਲਿਸ ਦਾ ਲੁਧਿਆਣਾ ਦੇ ਵਿੱਚ ਹੀ ਜਿਹੜੇ ਜਿਹੜੀਆਂ ਚੋਰੀਆਂ ਡਕੈਤੀਆਂ ਮਰਡਰ ਹੁੰਦੇ ਕੁਛ ਘੰਟਿਆਂ 'ਚ ਨਹੀਂ ਅਰੈਸਟ ਕਰਦੇ। ਹੋ ਸਕਦਾ US ਪਤਾ ਇੰਨੇ ਸਮੁੰਦਰੋਂ ਦੂਰ ਹੈ ਅਤੇ ਟਾਈਮ ਤਾਂ ਲੱਗਦਾ ਨਾ ਜੀ, ਉਹ ਕੁਛ ਮਹੀਨੇ ਲੱਗ ਗਏ, ਪਰ ਅਸੀਂ US ਦਾ ਕੰਮ ਵੀ ਇੱਥੇ ਬੈਠੇ ਜਿਹੜੀਆਂ ਉੱਥੇ ਸ਼ਾਇਦ। ਹੁਣ ਕਈ ਵਾਰੀ ਕੁਐਸਚਨ ਹੁੰਦਾ ਜੀ ਤੁਹਾਡੇ ਤੋਂ ਟਰੇਸ ਨਹੀਂ ਹੋਇਆ, ਅਤੇ ਇਹ ਤਾਂ ਹੁਣ US ਦਾ ਕੰਮ ਹੈ ਜੀ, ਉਹਨਾਂ ਤੋਂ ਟਰੇਸ ਨਹੀਂ ਹੋਇਆ ਅਤੇ ਅਸੀਂ ਟਰੇਸ ਕਰ ਲਿਆ। ਇਹ ਵੀ ਹੁਣ ਇਹ ਸਾਰੀ ਟੀਮ ਨੇ ਟਰੇਸ ਕਰ ਲਿਆ। ਐਂਡ ਇੱਕੋ ਹੀ ਇਹਦੇ 'ਚ ਗੱਲ ਕਰ ਰਹੇ ਹਾਂ, ਜੇ ਲੁਧਿਆਣੇ ਕ੍ਰਾਈਮ ਕਰੋਗੇ ਸਾਡੀ ਨਿਗਾਹ ਤੁਹਾਡੇ 'ਤੇ, ਸਭ ਫੜੇ ਜਾਣਗੇ ਨਹੀਂ ਸਭ ਫੜੇ ਗਏ। ਇਸ ਕਾਨਫਰੰਸ ਰੂਮ 'ਚ ਸੱਦਣ ਦਾ ਤੁਹਾਨੂੰ ਇਹ ਸੀ ਮਕਸਦ, ਲੁਧਿਆਣੇ ਕ੍ਰਾਈਮ ਕਰੋਗੇ ਦੇਰ ਹੋ ਸਕਦੀ ਹੈ। ਇਹਦੇ 'ਤੇ ਕਾਫੀ ਮਿਹਨਤ ਹੋਈ ਹੈ ਕਿਉਂਕਿ ਕੱਚਾ ਨਹੀਂ ਫੜਨਾ ਚਾਹੁੰਦੇ ਸੀ। ਲੋਕੇਸ਼ਨ ਤੁਹਾਡੇ ਲੁਧਿਆਣੇ ਦੇ ਵਿੱਚ ਤੁਹਾਨੂੰ ਉਹ ਤੁਹਾਨੂੰ ਦੱਸਦੇ, ਤੁਹਾਨੂੰ ਵਧੀਆ ਫੋਟੋਆਂ ਦਿਆਂਗੇ ਉਹਦੇ ਵਿੱਚੋਂ, ਉਹਦੇ ਘਰ ਦੀ ਫੋਟੋ ਦਿਆਂਗੇ, ਘਰ ਨੂੰ ਵਿਜ਼ਿਟ ਵੀ ਕਰ ਲਿਓ ਜੇ ਹੋਰ ਵੀ ਕਰ ਲਿਓ, ਸਾਰੀਆਂ ਗੱਲਾਂ ਉਹਨੂੰ ਦੱਸਾਂਗੇ। ਉਹਨੂੰ ਇਹ ਸਦਰ ਦਾ ਪਿੰਡ ਦਾਸ ਪਿੰਡ ਦੇ ਵਿੱਚ ਉਹ ਜਿਹੜੀ ਸਦਰ ਥਾਣੇ ਦੇ ਵਿੱਚ ਅਨਿਸ਼ਾ ਪਹਿਲਾਂ 2 ਬੰਦੇ ਫੜੇ ਗਏ ਇੱਥੋਂ, ਫਿਰ ਉਹਨਾਂ ਦੇ ਅਸੀਂ ਵਰਕ ਕਰਦੇ ਕਰਦੇ ਉੱਥੇ ਉਹ ਸੈਂਟਰ ਦੇ ਵਿੱਚ ਲੈ ਗਏ, ਇਹ ਨਹੀਂ ਪਤਾ ਲੱਗ ਰਿਹਾ ਸੀ ਸੈਂਟਰ 'ਤੇ। ਇਹਨਾਂ ਨੇ ਪਿਛਲੇ ਕੁਛ ਮਹੀਨਿਆਂ ਤੋਂ ਇਹਨਾਂ ਦੇ ਰੂਮ ਦੀਆਂ DPRO ਗਰੁੱਪ ਮੈਂ ਸ਼ੇਅਰ ਕਰ ਦੂੰਗਾ, ਕੰਬਲ ਉਹ ਪਏ ਆ, ਚਾਦਰਾਂ ਜਿਹੀਆਂ ਪਈਆਂ ਥੱਲੇ, ਗੱਦੇ ਜੇ ਲੱਗੇ ਹੋਏ ਆਰਾਮ ਨਾਲ। ਹੁਣ ਇਹਨਾਂ ਨੇ ਵੱਡਾ ਸੈਟਅਪ ਪਿਛਲਾ ਸੀ
ਸ਼ਾਇਦ ਉਹਦੇ ਤੋਂ ਲੈਸਨ ਇਹਨਾਂ ਲਰਨ ਕੀਤਾ, ਕੰਪਿਊਟਰ ਸੈਂਟਰ ਦੇ ਵਿੱਚ ਬੈਠਿਆ ਕਰਦੇ ਸੀ, ਹੁਣ ਆਹ ਟੈਬਲੇਟਸ ਹੈ ਜਿਹੜੀਆਂ ਇਹਦੇ ਵਿੱਚ ਆਹ ਭਰਿਆ ਹੋਇਆ ਜਿਹੜਾ ਇਹਨਾਂ ਦਾ ਇਹਦੇ ਵਿੱਚੋਂ ਅਸੀਂ ਇਸ ਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਹੈ ਉਹਨੂੰ ਜਿਹੜੇ ਇਹਦੇ ਵਿੱਚ 14 ਇਹ ਟੈਬਲੇਟਸ ਹੋ ਗਈਆਂ, 2 ਲੈਪਟੋਪ ਹੋ ਗਏ, 34 ਮੋਬਾਈਲ 34 ਮੋਬਾਈਲ ਫੋਨ ਦਾ ਜਿਹੜੇ ਅਸੀਂ ਉਹਦੇ 'ਚ ਰਿਕਵਰ ਹੋਏ ਆ। ਇਹਨਾਂ ਕੋਲੋਂ ਜਿਹੜਾ ਕੈਸ਼ ਹੈ, ਕਿਉਂਕਿ ਇਹਨਾਂ 'ਚੋਂ ਮਜੋਰਟੀ ਜਿਹੜੇ ਇਹ ਫੜੇ ਹੋਏ ਆ, ਇਹਨਾਂ 'ਚੋਂ ਦੇ ਆਰ ਵਰਕਿੰਗ ਕਿ 45,000 ਤੋਂ ਲੈ ਕੇ 25,000 ਤੱਕ ਕੰਮ ਕਰ ਰਹੇ ਸੀ, ਅਤੇ ਉਹਦੇ ਵਿੱਚੋਂ ਕੁਛ ਕੁ ਵੈਰੀਫਿਕੇਸ਼ਨ ਹਜੇ ਚੱਲ ਰਹੀ ਹੈ, ਕੁਛ ਇੱਕ ਲੈਵਲ 'ਤੇ ਇਹਨਾਂ ਦੇ ਵਿੱਚੋਂ 1-2 ਜਾਣੇ ਇਵੇਂ ਆ ਜਿਹੜੇ ਕਿ ਉਹਨਾਂ ਨੂੰ ਕੁਛ ਪਤਾ ਹੀ ਨਹੀਂ, ਉਹਨਾਂ ਦਾ ਇਹ ਆ ਵੀ ਕੰਮ ਚੱਲ ਰਿਹਾ ਜੀ, ਕੰਪਿਊਟਰ ਦਾ ਚੱਲ ਰਿਹਾ, ਉਹ ਅਸੀਂ ਹਜੇ ਵੀ ਵਰਕਿੰਗ ਔਨ ਦੈਟ, ਅਤੇ ਉਹਦੇ ਉਸ ਲੈਵਲ 'ਤੇ ਉਹਨੂੰ ਕਰਨਾ। ਨੈਕਸਟ ਜਿਹੜਾ ਇੱਕ ਮੇਨ ਨੈਕਸਿਸ ਇਹਦਾ ਬ੍ਰੇਕ ਹੋ ਗਿਆ, ਨੈਕਸਟ ਲੈਵਲ 'ਤੇ ਜਿਹੜਾ ਹਰਾਰਕੀ ਦੇ ਵਿੱਚ ਇਹਦਾ ਅਗਲਾ ਜਿਵੇਂ ਟੀਮ ਲਈ ਮੈਸੇਜ ਹੈ, ਲੈਟਸ ਕੇਜ ਦੈਮ, ਅਸੀਂ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਉਹਨਾਂ ਨੂੰ ਕਰਾਂਗੇ, ਦੂਜੇ ਕਾਊਂਟਰ ਪਾਰਟ ਸਟੇਟਸ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿੱਥੋਂ ਕਿੱਥੋਂ ਚੱਲ ਕੇ ਆਏ ਆ, ਰੋਜ਼ੀ ਰੋਟੀ ਲਈ ਅਨੀਸ਼ਲ ਉੱਥੋਂ ਆਇਆ, ਉਹ ਤੋਂ ਬਾਅਦ ਫਰਾਡ ਹੋ ਗਿਆ ਇਸ ਕਰਕੇ ਆਇਆ, ਅਤੇ ਇਹਦੇ 'ਚੋਂ ਇਹਨੂੰ ਬਿਗੈਸਟ ਪੰਜਾਬ ਦੇ ਵਿੱਚ ਇਹ ਕਹਿ ਸਕਦੇ ਹਾਂ ਜਿਹੜੀ ਮੈਨ ਪਾਵਰ ਜਿਹੜੀ ਵਰਕਿੰਗ ਉਹਨੇ ਜਿਹੜੀ ਕਾਲ ਸੈਂਟਰ ਦੇ ਵਿੱਚ ਫੜੀ ਗਈ, ਇਹ ਇੱਥੇ ਫੜੀ ਗਈ, ਅਤੇ ਉਹਨੂੰ ਕੋਈ ਹੋਰ ਤੁਹਾਡੀ ਕੁਐਰੀ ਹੈ ਉਹਦੇ 'ਚੋਂ ਉਹਦਾ ਜਿਹੜਾ ਇਹਦੇ 'ਚ ਕ੍ਰਿਸ਼ਨਾ ਜਿਹੜਾ ਇਹਦਾ ਜਿਹੜਾ ਉਹਦਾ ਮੈਨੇਜਰ ਹੈ ਜਿਹੜਾ ਉਹਦੇ 'ਚੋਂ ਉਹਨੂੰ ਕ੍ਰਿਸ਼ਨਾ ਯਾਦਵ ਇਹਨਾਂ ਦੇ ਵਿੱਚ ਕ੍ਰਿਸ਼ਨਾ ਰੇਜ਼ ਯੂਅਰ ਹੈਂਡ, ਕ੍ਰਿਸ਼ਨਾ ਜੀ ਉਹਦੇ ਮੈਨੇਜਰ ਹੈ ਇਹਦੇ ਵਿੱਚ ਉਹਨੂੰ, ਅਤੇ ਬਾਕੀ ਉਹਨੂੰ ਆਏ ਬਸ ਜਿਵੇਂ ਅਸੀਂ ਹਾਇਰਿੰਗ ਨੋਰਮਲ ਜਿਹੜਾ ਇਹਦੇ ਵਿੱਚ ਜਦੋਂ ਅਨੀਸ਼ਲ ਜੁਆਇਨ ਕੀਤਾ ਸੀ, ਕੋਈ ਵੀ ਬੰਦਾ ਕਿਸੇ ਦੇ ਪੇਰੈਂਟਸ ਇਵੇਂ ਨਹੀਂ ਭੇਜਣਗੇ, ਇਹ ਬੱਚੇ ਵੀ ਛੇਤੀ ਰਾਤੋ ਰਾਤ ਅਮੀਰ ਹੋਣ ਦਾ ਜਿਹੜੀ ਉਹ ਨੌਲੇਜ ਦੇ ਵਿੱਚ ਉਹਨੂੰ ਉਸ ਲੈਵਲ 'ਤੇ ਬਹੁਤ ਜ਼ਿਆਦਾ ਹਾਈਲੀ ਕੁਆਲੀਫਾਈਡ ਨਹੀਂ, ਇਹਨਾਂ 'ਚੋਂ ਸਾਰੇ ਨਹੀਂ ਗੇ ਉਹ ਜਿਹੜੇ ਆਂਸਰਿੰਗ ਜਿਹੜੇ ਕਰਦੇ ਕੁਐਸਚਨਿੰਗ ਕਰਦੇ, 2 ਇਹਨਾਂ ਦੇ ਵਿੱਚੋਂ ਮੁੰਡੇ ਅਤੇ ਕੁਛ ਇਹ ਲੜਕੀਆਂ ਜਿਹੜੀਆਂ ਕਿ ਉਸ ਕਲੱਬ ਦੀ ਜਿਹੜੀ ਲੈਂਗੁਏਜ ਯੂਜ਼ ਕਰ ਸਕਦੇ ਆ, ਬਾਕੀ ਤਾਂ ਓਪਰੇਟਿੰਗ ਸਿਸਟਮ ਜਦੋਂ ਨੰਬਰ ਆ ਗਏ ਉਹਦੇ 'ਚੋਂ ਗਿਫਟ ਕਾਰਡ ਦੇ ਗਿਫਟ ਵਾਚਰ ਦੇ ਨੰਬਰ ਆ ਗਏ, ਇਹਨਾਂ ਦਾ ਇੱਕ ਡਿਫਰੈਂਟ ਟਾਈਪ ਦਾ ਇਹ ਹੋ ਗਿਆ, ਗਿਫਟ ਵਾਚਰ ਦੇ ਵਿੱਚੋਂ ਦਵਾ ਦਾ ਕੈਸ਼ ਕਰਾ ਕੇ ਉਹਦਾ ਸਿਸਟਮ ਨੂੰ ਉਹਨੂੰ ਖਾਲੀ ਕਰਨ ਦਾ ਜਿਹੜਾ ਉਹਨਾਂ ਦਾ ਉਸ ਸੈਟਅਪ ਦੇ ਵਿੱਚ। ਮੇ ਬੀ ਹੁਣ ਉਹਦੇ 'ਚ ਕੋਈ ਮੇਰਾ ਫੈਡਰਲ ਉਹਨਾਂ ਦੀ ਏਜੰਸੀ ਨਾਲ ਲਿੰਕ ਨਹੀਂ, ਮੇ ਬੀ ਆਪਦੇ ਲੈਵਲ 'ਤੇ ਉਹ ਕੰਪਲੇਂਟ ਕਰਦੇ ਹੋਣੇ ਆ, ਉਹਦੇ ਵਿੱਚ ਉੱਥੋਂ ਦੇ US ਸਿਟੀਜਨ ਕਿਵੇਂ ਇਹਨੂੰ ਕੈਸ਼ ਕਰਾਉਂਦੇ ਹੋਣੇ ਆ ਉਹਦੀ ਉਹ ਗੱਲ ਨੂੰ ਹੈ, ਬਟ ਦੇਖੋ ਕਿਤੇ ਵੀ ਕਿਸੇ ਵੀ ਆਦਮੀ ਦੇ ਵਨਸ ਏ ਪੁਲਿਸਮੈਨ ਇਜ਼ ਆਲਵੇਜ਼ ਏ ਪੁਲਿਸਮੈਨ, ਕਿਸੇ ਵੀ ਲੈਵਲ 'ਤੇ ਕਿਸੇ ਨਾਲ ਹਾਰਡ ਅਰਨ ਮਨੀ ਹੈ ਜਿਹੜੀ ਦਸਾਂ ਨੌਹਾਂ ਦੀ ਅਤੇ ਖੂਨ ਪਸੀਨੇ ਦੀ ਕਮਾਈ ਹੈ, ਜੇ ਉਹਦੇ ਨਾਲ ਧੋਖਾ ਹੋ ਰਿਹਾ ਤਾਂ ਸਾਡੀ ਡਿਊਟੀ ਹੈ, ਜੇ ਸਾਡੀ ਨੌਲੇਜ ਆਉਂਦੀ ਅਸੀਂ ਐਕਸ਼ਨ ਲਈਏ। ਤੁਸੀਂ ਤੁਹਾਨੂੰ ਐਵਰੇਜ ਦੱਸਿਆ ਜੀ, ਹੁਣ ਇਹਦੇ ਵਿੱਚ ਇਹਨਾਂ ਨੂੰ ਤਾਂ ਯਾਦ ਹੀ ਨਹੀਂ, ਇਹਨਾਂ ਨੂੰ ਮਤਲਬ ਲਗਭਗ 20 ਦੇ ਕਰੀਬ ਇਹਨਾਂ ਦਾ ਜਿਹੜਾ
ਇੱਕ ਦਿਨ ਦਾ ਉਹ ਸੀ ਤੇ ਉਹਦੇ ਵਿੱਚੋਂ ਹੁਣ ਇਹ ਸੋਚ ਸਕਦਾ ਵੀ ਇੱਕ ਇੱਕ ਵਾਊਚਰ ਵੀ ਕਿਸੇ ਦਾ ਲਿਆ ਜਾਵੇ ਤੇ ਕਿਸੇ ਤੋਂ ਦੋ ਵਾਊਚਰ ਵੀ ਲਏ ਜਾਣ। ਲਗਭਗ ਇੱਕ ਰਾਤ ਦਾ $10,000 ਇਹ ਛੱਡ ਦੇਣੀ ਸੀ। ਨਹੀਂ ਇਹ ਫਿਲਹਾਲ ਇੱਕ ਸੈਂਟਰ ਦੇ ਵਿੱਚ ਹੀ ਕੰਮ ਕਰਦੇ ਸੀ, ਇੱਕ ਮਕਾਨ ਹੈ ਮਤਲਬ ਲਗਭਗ ਅੰਦਾਜ਼ਾ ਰਫ ਚਾਹੀਦੀ ਤੁਹਾਨੂੰ ਦੱਸ ਦਿੰਦਾ ਵੀ ਡੇਢ ਕੁ ਮਹੀਨੇ ਤੋਂ ਇਹ ਕੰਮ ਕਰਦੇ। ਆਪਣੀ ਰਾਤ ਹੈ, ਅਮਰੀਕਾ ਦਾ ਦਿਨ ਹੈ, ਇਹਨਾਂ ਦਾ ਦਿਨ ਚੜ੍ਹਦਾ ਸੀ, ਇਹ ਰਾਤ ਨੂੰ ਜਾਗਦੇ ਸੀ, ਰਾਤ ਨੂੰ ਆਮ ਲੋਕ ਸੌ ਜਾਂਦੇ ਹੈ, ਦਿਨੇ ਕੁਛ ਉੱਥੇ ਸੌ ਜਾਂਦੇ ਸੀ, ਕੁਛ ਪਾਸੇ ਚਲੇ ਜਾਂਦੇ ਸੀ। ਤੁਸੀਂ ਦੇਖਿਆ ਯਾਰ ਦੋ ਚਾਰ ਬੰਦਿਆਂ 'ਚ ਬੰਦੇ ਉਲਝੇ ਰਹਿੰਦੇ ਆ ਤੇ ਆ 30 ਬੰਦਿਆਂ ਦਾ ਹਿਸਾਬ ਕਿਤਾਬ ਲਾਉਣਾ ਵੀ ਤਾਂ ਸਾਨੂੰ ਬਾਕੀ ਲੁਧਿਆਣੇ ਦੇ ਵਿੱਚ ਵੀ ਹੋਰ ਵੀ ਚੀਜ਼ਾਂ ਅਸੀਂ ਕੰਮ ਕਰਨਾ, ਪਰ ਅਸੀਂ ਆਪਦੇ ਵੱਲੋਂ ਬੈਸਟ ਐਫਰਟ ਕਰਕੇ ਵੀ ਟਰਾਈ ਟੂ ਮੇਕ ਏ ਗੁੱਡ ਐਂਡ ਫੂਲ ਪਰੂਫ ਵਾਟਰ ਟਾਈਪ ਜਿਹੜਾ ਉਹ ਕੇਸ ਕਰਨਾ। ਬਟ ਇਹਦੇ ਵਿੱਚ ਉਹਨੂੰ ਕ੍ਰੈਡਿਟ ਆ ਸਾਡੇ ਆਫਿਸਰਸ ਨੂੰ ਹੈ, ਜਿਹੜਾ ਉਹਨੂੰ ਮੇਰੀ ਟੀਮ ਨੂੰ ਹੈ ਜਿਨ੍ਹਾਂ ਨੇ ਇਸ ਲੈਵਲ 'ਤੇ ਇਹਨੂੰ ਨਾ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਲੁਧਿਆਣੇ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ, ਬਹੁਤ ਸਾਰੇ ਅਫਸਰ ਜਿਹੜੇ ਉਹ ਸਿੱਖ ਸਕਦੇ ਆ, ਬਹੁਤ ਸਾਰੇ ਲੈਵਲ 'ਤੇ ਹੋਰ ਡਿਸਟ੍ਰਿਕਟ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਸਿੱਖੀਆਂ ਜਾ ਸਕਦੀਆਂ, ਕਿਵੇਂ ਇੱਕ ਲੀਡ ਨੂੰ ਫੜ ਕੇ ਕਿਵੇਂ ਡਿਸਕਸ਼ਨ ਕਰਕੇ ਕਿਵੇਂ ਅਸੀਂ ਉਹਦੇ ਉੱਤੇ ਕੰਮ ਕਰਦੇ ਹਾਂ। ਐਂਡ ਬੈਸਟ ਥਿੰਗ ਇਜ਼ ਕਿ ਜਿੱਥੇ ਇੰਨਾ ਵੱਡਾ ਮੀਡੀਆ ਪ੍ਰੈਸ ਹੋਵੇ ਉਸ ਗੱਲ ਨੂੰ ਬਾਹਰ ਨਾ ਜਾਵੇ, ਅਸੀਂ ਉਸ ਗੱਲ ਨੂੰ ਵੀ ਵਰਕਆਊਟ ਕਰਦੇ ਹਾਂ ਵੀ ਉਹ ਜਿਹੜੀ ਸਾਇਲੈਂਟਲੀ ਕੰਮ ਕਰਦੇ ਹਾਂ ਡਿਸਪਾਈਟ ਫੋਰਸ ਸਟੇਂਡ ਫੋਰਸ ਦੀ ਕਮੀ ਹੋਰ ਉਹ ਸਾਰਾ ਹੋਣ ਦੇ ਬਾਵਜੂਦ ਦੇਖੋ ਟ੍ਰਾਂਸਪੇਰੈਂਟ ਆ ਬੜਾ। ਇਹਨਾਂ ਤੋਂ ਹਿੰਦੀ ਵੀ ਜਾਣਦੇ ਆ ਬਹੁਤ ਸਾਰੇ, ਕੁਛ ਪੰਜਾਬੀ ਵੀ ਜਾਣਦੇ ਆ, ਕੁਛ ਇੰਗਲਿਸ਼ ਵੀ ਜਾਣਦੇ ਆ, ਇਹਨਾਂ ਦੇ ਵਿੱਚ ਬਿਠਾ ਕੇ ਤੁਹਾਨੂੰ ਸਾਰੀ ਗੱਲ ਕਿਉਂਕਿ ਬੜੀ ਟ੍ਰਾਂਸਪੇਰੈਂਟ ਰੱਖਣ ਦੀ ਇਹਨਾਂ ਕੋਲ ਆ ਜਿਹੜਾ 25,000 ਤੋਂ ਲੈ ਕੇ 45,000 ਹਾਇਸਟ ਪੇਜ ਹੈ ਹਜੇ ਮੇ ਬੀ ਮਤਲਬ ਇਹਨਾਂ ਦੇ ਦੱਸਣ ਮੁਤਾਬਕ ਕੈਸ਼ ਪੇਮੈਂਟ ਦਿੱਤੀ ਜਾਂਦੀ ਸੀ, ਇਹਦੀ ਆਪਦੀ ਪੇਮੈਂਟ ਹੈ, ਫਿਰ ਇਹ ਆਪਦੇ ਘਰਾਂ 'ਚ ਕਿਵੇਂ ਭੇਜਦੇ ਸੀ ਪਾਠ, ਇਹ ਤਾਂ ਤੁਸੀਂ ਸੋਚੋ ਨਾ ਜੀ। ਹਜੇ ਇਹ ਤਾਂ ਜਿਵੇਂ ਕਹਿੰਦੇ ਨਾ ਵੱਡੀ ਪਾਣੀ ਦੀ ਟੈਂਕੀ 'ਚ ਇੱਕ ਚਮਚਾ ਭਰਿਆ, ਇਹਨਾਂ ਤੋਂ ਜਿਹੜਾ ਕੈਸ਼ ਜਿਹੜਾ ਫਿਲਹਾਲ ਇਹਨਾਂ ਕੋਲੇ ਉੱਥੇ ਕੈਸ਼ ਸੀ ਇਹ 1,17,000 ਰੁਪਏ ਸੀ ਜਿਹੜਾ ਆ ਕੈਸ਼ ਸੀ ਜਿਹੜਾ ਉਹਦੇ ਵਿੱਚੋਂ ਆ ਟੈਪ ਆ ਦੇਖੋ ਇਹਦੇ ਵਿੱਚ ਆ ਜਿਹੜੇ IAS ਕੰਪਨੀ ਦੇ ਜਿਹੜੇ ਤੁਸੀਂ ਦੇਖੋਗੇ ਜਿਹੜੇ ਰੀਅਲਮੀ ਦੇ ਜਿਹੜੇ ਆਈਪੈਡ ਨਵੇਂ ਡੱਬੇ ਡੁੱਬੇ ਉਹਨੂੰ ਨਵੇਂ ਜਿਹੜੇ ਆ ਡੱਬੇ ਵਗੈਰਾ ਨਹੀਂ ਨਹੀਂ ਉਹਦੇ ਵਿੱਚ ਉਹਨੂੰ ਜਾ ਰਿਹਾ ਇੱਕ ਉਤਲੇ ਹਰਾਰਤੀ ਇਹ ਨਹੀਂ ਕਰ ਰਹੇ ਸੀ
ਉਹ ਉਤਲੇ ਸੈਂਟਰ ਵਾਲੇ ਇੱਕ ਬੰਬਾਰਡ ਕਰਦੇ ਆ ਮੈਸੇਜ, ਜਿਹੜੇ ਕਿ ਆਪਣੇ ਕੰਪਿਊਟਰਾਂ ਦੇ ਵਿੱਚ ਵੀ ਆ ਜਾਂਦਾ, ਕਈ ਵਾਰੀ ਆਪਾਂ ਮੇਲ ਖੋਲਦੇ ਹਾਂ ਨਾ ਇੱਕ ਮੈਸੇਜ ਆ ਜਾਂਦਾ, ਉਹਦਾ ਇਹ ਐਫਰਟ ਹੁੰਦਾ ਵੀ ਇਸ ਗੱਲ ਨੂੰ ਉਹਦੇ ਚੋਂ ਜਿਹਨੇ ਉਹ ਟੱਚ ਕਰ ਲਿਆ, ਮੇ ਬੀ ਥਾਊਜ਼ੰਡਸ ਨੂੰ ਜਾ ਰਿਹਾ ਹੋਣਾ, ਕਿਸੇ ਨੇ ਟੱਚ ਕਰ ਲਿਆ ਉਹਨੂੰ ਆਉਂਦਾ ਵੀ ਤੁਹਾਡਾ ਯੂਅਰ ਸਿਸਟਮ ਇਜ਼ ਅੰਡਰ ਥ੍ਰੈਟ, ਤੇ ਉਹ ਉਹਨੂੰ ਕਾਲ ਕਰਦਾ, ਫਿਰ ਉਹਦੇ ਨਾਲ ਇੱਕ ਰਾਹ ਖੋਲ ਲੈਂਦਾ। ਅਜੇ ਆਏ ਹਾਂ, ਪੁੱਛ ਗਿੱਛ ਕਰਦੇ ਹਾਂ, ਸਾਰੀ ਰਾਤ ਜਾਗੇ ਹਾਂ, ਅਤੇ ਐਡੀ ਛੇਤੀ ਤਾਂ ਅਮੈਰੀਕਾ ਵਾਲੇ ਫੜ ਸਕਦੇ ਜਿਨ੍ਹਾਂ ਦੇ ਬੰਦੇ ਅਸੀਂ ਫੜ ਲਏ। ਹੋਰ ਕੋਈ ਸਵਾਲ ਆ ਤਾਂ ਦੱਸੋ, ਮੈਨੂੰ ਲੱਗਦਾ ਤੁਹਾਡਾ ਤੁਹਾਨੂੰ ਪ੍ਰੈਸ ਨੋਟ ਦੇ ਦਾਂਗੇ, ਹਾਂਜੀ, ਦਾਲ ਪਿੰਡ ਦੀ ਤੁਸੀਂ ਉੱਥੇ ਜਾ ਕੇ ਉਹਨੂੰ ਵੀ ਕਰਨਾ ਹੋਣਾ, ਦਾਲ ਪਿੰਡ ਦੀ ਤੁਹਾਨੂੰ ਉਹਦੇ ਚੋਂ ਲੋਕੇਸ਼ਨ ਦੇ ਦਿੰਦੇ ਹਾਂ, ਹਾਊਸ ਦੀ ਫੋਟੋ ਦੇ ਦਿੰਦੇ ਤੁਹਾਡੇ ਗਰੁੱਪ ਪਰ। ਵਾਰੀ ਵਾਰੀ ਜਿਹੜੇ ਕਰਨਗੇ ਸਭ ਫੜੇ ਜਾਣਗੇ। ਜੇ ਮੇਘਾਲਿਆ ਵਾਲਾ ਫੜ ਲਿਆ ਤਾਂ ਲੋਕਲ ਵਾਲਾ ਤਾਂ ਸਾਡੇ ਘਰ ਦੀ ਮੱਛੀ ਹੈ, ਫੜ ਕੇ ਲਿਆਵਾਂਗੇ ਤੁਹਾਡੇ ਕੋਲ, ਇੱਥੇ ਦਿਖਾਵਾਂਗੇ ਜਿਹਦੀ ਇਨਵੋਲਵਮੈਂਟ ਹੋਈ ਕਿਸੇ ਲੈਵਲ ਤੇ ਹੋਈ। ਗੱਲ ਤਾਂ ਮੇਘਾਲਿਆ ਵਾਲਾ ਫੜਨ ਦੀ ਔਖਾ ਸੀ, ਯੂ ਐਸ ਦੇ ਵਿੱਚ ਹੋ ਰਿਹਾ ਫਰਾਡ ਫੜਨਾ ਔਖਾ ਸੀ, ਘਰ ਦੀ ਮੱਛੀ ਤਾਂ ਜਦੋਂ ਮਰਜ਼ੀ ਫੜਨਾ। ਦੇਖੋ ਯਾਰ, ਅਸੀਂ ਨਾ ਮੈਂ ਕ੍ਰਿਮੀਨਲ ਨੂੰ ਕ੍ਰਿਮੀਨਲ ਲੀਡਰ ਕਿਵੇਂ ਹੋ ਸਕਦਾ, ਨਹੀਂ ਮੈਂ ਦੇਖੋ ਐਜ਼ ਏ ਜਿਹੜਾ ਇਸ ਕ੍ਰਾਈਮ 'ਚ ਇਨਵੋਲਵ ਹੋਊਗਾ ਉਹ ਕ੍ਰਿਮੀਨਲ ਹੋਊਗਾ, ਅਤੇ ਸਾਡੀ ਤਾਂ ਪੋਲਿਸੀ ਬੜੀ ਸਪਸ਼ਟ ਹੀ ਹੈ, ਰੋਡ ਰੋਡ ਵਾਂਗੂ ਚੱਲਦਾ। ਨਹੀਂ ਇੱਕ ਜਿਹੜਾ ਤੁਹਾਡਾ ਨਾ ਬੈਲੈਂਸ ਸਵਾਲ ਹੈ, ਇਹਨੂੰ ਅਦਰ ਵੇ ਅਰਾਊਂਡ ਮੈਂ ਤੁਹਾਨੂੰ ਪੁੱਛਦਾ ਤੁਹਾਡਾ ਸਵਾਲ, ਇਹ ਨੌਜਵਾਨਾਂ ਤੋਂ ਦੂਜੇ ਨੌਜਵਾਨਾਂ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ? ਰਸਤੇ ਰਾਤ ਕੋਈ ਬੰਦਾ ਅਮੀਰ ਨਹੀਂ ਹੁੰਦਾ, ਕਿਸੇ ਸਕਸੈਸ ਲਈ ਸ਼ਾਰਟ ਕੱਟ ਨਹੀਂ ਹੁੰਦਾ, ਉਹਦੇ ਲਈ ਨਹੀਂ ਹੁੰਦਾ ਗਾ, ਗਲਤ ਕੀਤਾ। ਸ਼ੁਰੂ ਦੇ ਵਿੱਚ ਆਏ ਸੀ ਕਾਲ ਸੈਂਟਰ ਦੇ ਵਿੱਚ, ਇਹਨਾਂ ਨੂੰ ਪਤਾ ਲੱਗ ਗਿਆ ਪੈਸੇ ਮਿਲਣ ਲੱਗ ਗਏ, ਇਹਨਾਂ ਨੂੰ ਉੱਥੇ 2000 ਮਿਲਦਾ 3000 ਮਿਲਦਾ, ਉੱਥੋਂ ਇਹਨੂੰ 20-20 ਹਜ਼ਾਰ ਰੁਪਇਆ ਮਿਲਣਾ ਸ਼ੁਰੂ ਹੋ ਗਿਆ, ਪਤਾ ਲੱਗ ਗਿਆ ਦੇ ਬਿਕਮ ਏ ਪਾਰਟ ਆਫ ਇਟ, ਠੀਕ ਹੈ ਇਹ ਚੱਲਦਾ ਵੀ ਫੜਿਆ ਨਹੀਂ ਜਾਣਾ। ਇਹਦਾ ਮਤਲਬ ਕੀ ਹੋਇਆ, ਅਲਟੀਮੇਟਲੀ ਚੋਰ ਦੇ ਸੌਦੇ ਨੂੰ। ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।